ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਗੈਂਗਸਟਰਾਂ ਨੇ ਪੁਲਿਸ ਦੇ ਤੋਂ ਥਾਣੇਦਾਰਾਂ ਦਾ ਕਤਲ ਕੀਤਾ ਸੀ ਉਹਨਾਂ ਤੇ ਪੁਲਿਸ ਨੇ ਹੁਣ ਵੱਡਾ ਇਨਾਮ ਰੱਖ ਦਿੱਤਾ ਹੈ ਜੀ ਹਾਂ ਬੀਤੇ ਦਿਨੀ ਜਗਰਾਉਂ ਦੀ ਨਵੀਂ ਦਾਣਾ ਮੰਡੀ ਚ ਗੈਂਗਸਟਰਾਂ ਨੇ ਪੁਲਿਸ ਦੇ ਦੋ ਥਾਣੇਦਾਰਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਘਟਨਾ ਚ ਇੱਕ ਮੁਲਜ਼ਮ ਦੀ ਜਾਨ ਬਚ ਗਈ ਸੀ ਹੁਣ ਪੁਲਿਸ ਨੇ ਉਹਨਾਂ ਗੈਂਗਸਟਰਾਂ ਦੀਆਂ ਫੋਟੋਆਂ ਜਾਰੀ ਕਰਨ ਮਗਰੋਂ ਚਾਰੋਂ ਗੈਂਗਸਟਰਾਂ ਤੇ ਵੱਡਾ ਇਨਾਮ ਰੱਖ ਦਿੱਤਾ ਹੈ ਜੈਪਾਲ ਭੁੱਲਰ ਤੇ 10 ਲੱਖ ਦਾ ਇਨਾਮ ਜਸਪ੍ਰੀਤ ਸਿੰਘ ਤੇ 5 ਲੱਖ ਦਾ ਇਨਾਮ ਬਲਵ 2 ਲੱਖ ਅਤੇ ਦਰਸ਼ਨ ਸਿੰਘ ਤੇ ਵੀ 2 ਲੱਖ ਦਾ ਇਨਾਮ ਰੱਖਿਆ ਗਿਆ। ਇੱਕ ਵਾਰ ਫਿਰ ਦੱਸਦੀ ਹੈ ਕਿ ਜਗਰਾਉਂ ਚ ਪੁਲਿਸ ਦੇ ਦੋ ਥਾਣੇਦਾਰਾਂ ਦਾ ਕਤਲ ਕਰਨ ਵਾਲੇ ਚਾਰੋਂ ਗੈਂਗਸਟਰਾਂ ਤੇ ਪੁਲਿਸ ਨੇ ਵੱਡਾ ਇਨਾਮ ਰੱਖ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਇਨ੍ਹਾਂ ਗੈਂਗਸਟਰਾਂ ਤੱਕ ਪਹੁੰਚਦੀ ਹੈ ਤੇ ਕੌਣ ਇਨ੍ਹਾਂ ਗੈਂਗਸਟਰਾਂ ਦੀ ਸੂਚਨਾ ਪੁਲਿਸ ਨੂੰ ਦੇ ਕੇ ਇਨਾਮ ਹਾਸਲ ਕਰੇਗਾ। ਬਿਊਰੋ ਰਿਪੋਰਟ ਜਨਹਿਤਿਸ਼ੀ ਨਿਊਜ਼